ਅੱਜ ਆਪਾਂ ਤਿੰਨ ਟੌਪਿਕਾਂ ਤੇ ਗੱਲਬਾਤ ਕਰਾਂਗੇ। ਇੱਕ ਤਾਂ ਆਪਾਂ ਯੂਪੀ ਦੇ ਵਿੱਚ ਬੜਾ ਵਧੀਆ ਇੱਕ ਫੈਸਲਾ ਲਿਆ ਗਿਆ ਸਰਕਾਰ ਵੱਲੋਂ, ਉਹਦੇ ਤੇ ਗੱਲਬਾਤ ਕਰਨੀ ਹੈ। ਦੂਜਾ ਆਪਾਂ ਕੇਂਦਰ ਵੱਲੋਂ ਪੰਜਾਬ ਦੇ ਉੱਤੇ ਹੋਰ ਫੈਡਰਲ ਸਿਸਟਮ ਦੇ ਉੱਤੇ ਵਾਰ ਕੀਤਾ ਗਿਆ ਉਹਦੇ ਤੇ ਗੱਲਬਾਤ ਕਰਨੀ ਹੈ। ਅਤੇ ਤੀਜੀ ਆਪਾਂ ਲੰਮੀ ਚੌੜੀ ਗੱਲਬਾਤ ਹੈ ਜਿਹੜੀ, ਉਹ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਬਾਰੇ ਕਰਾਂਗੇ, ਕ੍ਰਿਕਟ ਦੇ ਦੋ ਮਹਾਰਥੀਆਂ ਬਾਰੇ ਕਰਾਂਗੇ। ਯੂਪੀ ਦੀ ਗੌਰਮੈਂਟ ਨੇ, ਯੋਗੀ ਗੌਰਮੈਂਟ ਨੇ ਬਾਲ ਮਿੱਤਰ ਥਾਣੇ ਸਥਾਪਿਤ ਕਰਨ ਦਾ ਫੈਸਲਾ ਲਿਆ। ਅਤੇ ਤੁਸੀਂ ਸੋਚਦੇ ਹੋਵੋਗੇ ਕਿ ਇਹ ਬੜਾ ਵਧੀਆ ਅਤੇ ਫੈਸਲਾ ਕਿਵੇਂ ਹੋਇਆ। ਦੋਸਤੋ, ਕਰੋਨਾ ਦੇ ਦੌਰ ਦੇ ਵਿੱਚ ਜਦੋਂ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ, ਸਾਡੇ ਦੇਸ਼ ਦੀਆਂ ਸਰਕਾਰਾਂ ਜਦੋਂ ਆਪਣੇ ਬਸ਼ਿੰਦਿਆਂ ਨੂੰ ਰੁਜ਼ਗਾਰ ਨਾ ਦੇ ਸਕਣ, ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦਾ ਜਦੋਂ ਬੀੜਾ ਆਪਣੇ ਸਿਰ 'ਤੇ ਨਾ ਚੱਕਣ, ਤਾਂ ਜਿਹੜੇ ਲੋਕ ਨੇ ਉਹ ਬਾਗੀ ਬਿਰਤੀ ਦੇ ਵਿੱਚ ਆ ਜਾਂਦੇ ਨੇ ਅਤੇ ਗਲਤ ਰਸਤਿਆਂ ਦੇ ਉੱਤੇ ਪੈ ਜਾਂਦੇ ਨੇ। ਤਾਂ ਕਰੋਨਾ ਦੇ ਦੌਰ ਦੇ ਵਿੱਚ ਜਿਹੜੇ ਬਾਲ ਸੀਗੇ, ਜਿਹੜੇ ਬਾਲ ਜਿਹਨੂੰ ਆਪਾਂ ਮਾਈਨਰ ਕਹਿ ਲਈਏ, 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਸੀ, ਉਹ ਅਪਰਾਧ ਦੇ ਵਿੱਚ ਕਾਫੀ ਜ਼ਿਆਦਾ ਪੈ ਗਏ ਸੀਗੇ। ਉਹਨਾਂ 'ਤੇ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਹੋ ਗਏ ਸੀਗੇ। ਜ਼ਿਆਦਾ ਮੁਕੱਦਮੇ ਉੱਤਰ ਪ੍ਰਦੇਸ਼ ਦੇ ਵਿੱਚ ਦਰਜ ਹੋਏ ਸੀ। ਅਤੇ ਬਾਲ ਸੁਰੱਖਿਆ ਜਿਹੜਾ ਕਮਿਸ਼ਨ ਹੈ, ਉਹਦੀ ਸਿਫਾਰਿਸ਼ਾਂ ਦੇ ਉੱਤੇ ਯੋਗੀ ਸਰਕਾਰ ਵੱਲੋਂ ਬਾਲ ਮਿੱਤਰ ਥਾਣਿਆਂ ਦੀ ਸਥਾਪਨਾ ਕਰਨ ਬਾਰੇ ਸੋਚਿਆ ਗਿਆ ਅਤੇ ਉਹ ਹਰ ਜ਼ਿਲ੍ਹੇ ਦੇ ਵਿੱਚ ਕਰ ਰਹੇ ਨੇ। ਤਾਂ ਇਹ ਸ਼ਲਾਘਾਯੋਗ ਫੈਸਲਾ ਇਸ ਕਰਕੇ ਹੈ ਕਿ ਉਹਨਾਂ ਨੇ ਇਹ ਗੱਲ ਇਨਸ਼ੋਰ ਕੀਤੀ ਹੈ ਕਿ ਉੱਥੇ ਬੱਚਿਆਂ ਦੀ ਕੌਂਸਲਿੰਗ ਕਰਕੇ ਉਹਨਾਂ ਨੂੰ ਅਪਰਾਧ ਤੋਂ ਵਾਪਸ ਲਿਆ ਕੇ, ਮੁੜ ਜਿਹੜੀ ਇਹ ਮੇਨ ਧਾਰਾ ਦੇ ਵਿੱਚ ਲਿਆ ਕੇ, ਮੇਨ ਉਹਨਾਂ ਨੂੰ ਸਟ੍ਰੀਮ ਦੇ ਵਿੱਚ ਲਿਆ ਕੇ ਉਹਨਾਂ ਦਾ ਜਿਹੜਾ ਸਾਰਾ ਉਹਨਾਂ ਦਾ ਦੇਖਭਾਲ ਜਿਹੜੀ ਹੈ ਉਹਨਾਂ ਦੀ ਕੀਤੀ ਜਾਏਗੀ। ਇੱਕ ਬੜਾ ਵਧੀਆ ਮੈਨੂੰ ਜਿਹੜਾ ਇਹਦੇ ਉੱਤੇ ਗੱਲ ਲੱਗੀ ਉਹ ਇਹ ਸੀਗੀ ਕਿ ਉੱਥੇ ਵਰਦੀਧਾਰੀ ਪੁਲਿਸ ਵਾਲੇ ਨਹੀਂ ਹੋਣਗੇ। ਬੇਸ਼ੱਕ ਉੱਥੇ ਸਿਸਟਮ ਸਾਰਾ SHO, ਸਬ ਇੰਸਪੈਕਟਰ, ਸਾਰਾ ਅਮਲਾ ਫੈਲਾ ਹੋਏਗਾ, ਪਰ ਵਰਦੀਧਾਰੀ ਨਹੀਂ ਹੋਏਗਾ। ਉਹ ਆਮ ਜਿਹੜੀ ਇਹ ਆਪਣੀ ਡਰੈਸ ਦੇ ਵਿੱਚ, ਆਮ ਕੱਪੜਿਆਂ ਦੇ ਵਿੱਚ ਹੋਣਗੇ, ਤਾਂ ਜੋ ਉਹਨਾਂ ਦੇ ਮਾਨਸਿਕ ਤੋਂ ਜਿਹੜਾ ਉਹ ਮਾਨਸਿਕ ਪੀੜਾ ਨਾ ਉਹਨਾਂ ਨੂੰ ਦਿੱਤੀ ਜਾ ਸਕੇ। ਤਾਂ ਇਹ ਬੜਾ ਸ਼ਲਾਘਾਯੋਗ ਫੈਸਲਾ ਹੈ, ਆਪਣੇ ਦੇਸ਼ ਦੇ ਭਵਿੱਖ ਨੂੰ ਸਾਂਭਣ ਦਾ ਜਿਹੜਾ ਉਪਰਾਲਾ ਯੋਗੀ ਸਰਕਾਰ ਨੇ ਕੀਤਾ ਹੈ, ਤਾਂ ਇਹ ਬੜਾ ਵਧੀਆ ਉਪਰਾਲਾ ਕੀਤਾ। ਤਾਂ ਇਸ ਤੋਂ ਬਾਕੀ ਸੂਬਿਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਸਾਡੇ ਪੰਜਾਬ ਦੇ ਸੂਬੇ ਨੂੰ, ਭਗਵੰਤ ਸਿੰਘ ਮਾਨ ਸਾਹਿਬ ਨੂੰ, ਮੁੱਖ ਮੰਤਰੀ ਪੰਜਾਬ ਨੂੰ ਵੀ ਉਹਨਾਂ ਤੋਂ ਸੇਧ ਲੈ ਕੇ, ਉਹਨਾਂ ਤੋਂ ਸਿੱਖ ਕੇ ਪੰਜਾਬ ਦੇ ਵਿੱਚ ਵੀ ਜਿਹੜੇ ਬਾਲ ਸੁਧਾਰ ਘਰ ਨੇ, ਉਸ ਤਰ੍ਹਾਂ ਬਾਲ ਜਿਹੜੇ ਮਿੱਤਰ ਥਾਣੇ ਜਾਂ ਬਾਲ ਥਾਣੇ ਸਥਾਪਿਤ ਕੀਤੇ ਜਾਣ, ਜਿਵੇਂ ਮਹਿਲਾ ਥਾਣੇ ਨੇ, ਆਪਣੇ NRI ਥਾਣੇ ਨੇ, ਕ੍ਰਾਈਮ ਨਾਲ ਆਪਣੇ ਡਿਜੀਟਲ ਨਾਲ ਸੰਬੰਧਿਤ ਸਾਈਬਰ ਕ੍ਰਾਈਮ ਸੈੱਲ ਨੇ। ਉਸ ਤਰ੍ਹਾਂ ਬੱਚਿਆਂ ਨੂੰ ਜਿਹੜਾ ਹੈ, ਜਦੋਂ ਬੱਚੇ ਜਿਹੜੇ ਨੇ 16-17 ਸਾਲ ਦੇ ਨੂੰ ਜਦੋਂ ਪੁਲਿਸ ਫੜ ਕੇ ਲੈ ਜਾਂਦੀ ਹੈ, ਤਾਂ ਉਹਨਾਂ ਨਾਲ ਉਸ ਤਰ੍ਹਾਂ ਦਾ ਹੀ ਵਿਵਹਾਰ ਕੀਤਾ ਜਾਂਦਾ ਜਿਵੇਂ ਇੱਕ ਕ੍ਰਿਮੀਨਲ ਨਾਲ ਕੀਤਾ ਜਾਂਦਾ ਹੈ, ਵੱਡੇ ਪੱਧਰ ਦੇ ਕ੍ਰਿਮੀਨਲ ਨਾਲ ਕੀਤਾ ਜਾਂਦਾ ਹੈ। ਦੇਖਣ ਦੇ ਵਿੱਚ ਆਇਆ ਕਿ ਉਹਨਾਂ ਨਾਲ ਜਿਵੇਂ ਭਾਸ਼ਾ ਜਿਹੜੀ ਹੈ ਉਸ ਤਰ੍ਹਾਂ ਦੀ ਬੋਲੀ ਜਾਂਦੀ ਹੈ ਜਿਹੜੀ ਉਹਨਾਂ ਨੂੰ ਬਹੁਤ ਪੀੜਾ ਦਿੰਦੀ ਹੈ। ਅਤੇ ਬੱਚਾ ਜਦੋਂ ਉਸ ਉਮਰ ਦੇ ਵਿੱਚ, ਕਿਸ਼ੋਰ ਅਵਸਥਾ ਦੇ ਵਿੱਚ ਜਦੋਂ ਬੱਚਾ ਹੁੰਦਾ ਹੈ, ਜਿਹੜਾ 17-18 ਸਾਲ ਦੀ ਉਮਰ ਹੈ, ਜਿਹੜੀ 16 ਸਾਲ ਦੀ ਉਮਰ ਹੈ, ਉਦੋਂ ਬੱਚਾ ਆਪਣੇ ਆਪ ਨੂੰ ਮਤਲਬ ਕਿ ਸਭ ਤੋਂ ਵੱਡਾ ਮੰਨਦਾ ਕਿ ਮੇਰੇ ਤੋਂ ਵੱਡਾ ਕੋਈ ਨਹੀਂ, ਮੇਰੇ ਤੋਂ ਤਾਕਤਵਰ ਕੋਈ ਨਹੀਂ ਅਤੇ ਮੇਰੇ ਤੋਂ ਸਿਆਣਾ ਕੋਈ ਨਹੀਂ। ਤਾਂ ਜਦੋਂ ਉਸ ਨੂੰ ਬੇਵੱਸ ਕਰਕੇ ਪੀੜਾ ਦਿੱਤੀ ਜਾਂਦੀ ਹੈ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ, ਤਾਂ ਬੱਚਾ ਬਾਗੀ ਹੋ ਕੇ, ਤਾਂ ਉਸ ਤੋਂ ਬਾਅਦ ਹੀ ਤੁਸੀਂ ਦੇਖ ਲਓ ਛੋਟੀ ਛੋਟੀਆਂ ਉਮਰਾਂ ਦੇ ਮੁੰਡੇ ਜਿਹੜੇ ਸ਼ਾਰਪ ਸ਼ੂਟਰ ਫੜੇ ਜਾਂਦੇ ਨੇ, ਹੈ ਨਾ, ਬਿਲਕੁਲ ਛੋਟੀਆਂ ਛੋਟੀਆਂ ਉਮਰਾਂ ਦੇ ਮੁੰਡੇ ਨੇ, ਉਹ ਇਸ ਤਰ੍ਹਾਂ ਹੀ ਬਾਗੀ ਹੋਏ ਕਿਸੇ ਛੋਟੇ ਮੋਟੇ ਮੁਕੱਦਮੇ ਦੇ ਵਿੱਚ। ਉਹਨਾਂ ਨੂੰ ਜਦੋਂ ਥਾਣੇ ਕਚਹਿਰੀਆਂ ਦੇ ਵਿੱਚ ਉਹਨਾਂ ਦਾ ਮਤਲਬ ਕਿ ਸ਼ੋਸ਼ਣ ਹੋਇਆ, ਜਦੋਂ ਉਹਨਾਂ ਨਾਲ ਮਾੜਾ ਵਿਤਕਰਾ ਹੋਇਆ, ਤਾਂ ਉਹਨਾਂ ਵੱਲੋਂ ਬਾਗੀ ਜਿਹੜਾ ਤਬੀਅਤ ਹੈ ਜਿਹੜੀ, ਉਹ ਅਖਤਿਆਰ ਕਰ ਲਈ ਗਈ। ਇਸ ਕਰਕੇ ਬੱਚਿਆਂ ਦੀ ਕੌਂਸਲਿੰਗ ਕਰਕੇ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਲੈ ਕੇ ਆਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।
ਅਤੇ ਸਰਕਾਰ ਨੇ ਯੋਗੀ ਸਰਕਾਰ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਇਹ ਬੜਾ ਵਧੀਆ ਅਤੇ ਸ਼ਲਾਘਾ ਜੋ ਕਦਮ ਚੱਕਿਆ ਅਤੇ ਅਸੀਂ ਆਸ ਕਰਦੇ ਹਾਂ ਕਿ ਇਹਦੇ ਨਾਲ ਬੱਚੇ ਨੇ ਜਿਹੜੇ ਅਪਰਾਧ ਦੇ ਵਿੱਚੋਂ ਵਾਪਸ ਆ ਕੇ ਜਿਹੜੇ ਬੱਚੇ ਅਪਰਾਧੀ ਬਿਰਤੀ ਵਾਲੇ ਨੇ ਉਹ ਵਾਪਸ ਮੇਨ ਸਟ੍ਰੀਮ ਦੇ ਵਿੱਚ ਆ ਕੇ ਆਪਣੀ ਜੀਵਨ ਨੂੰ ਬਤੀਤ ਕਰਨਗੇ। ਅੱਗੇ ਆਪਾਂ ਗੱਲ ਕਰ ਲਈਏ ਕੇਂਦਰ ਵੱਲੋਂ ਦੁਬਾਰਾ ਤੋਂ ਇੱਕ ਹੋਰ ਪੰਜਾਬ ਦੇ ਨਾਲ ਧੱਕਾ ਕੀਤਾ ਗਿਆ, ਫੈਡਰਲ ਸਿਸਟਮ ਨੂੰ ਧੱਕਾ ਕੀਤਾ ਗਿਆ। ਕਹਿੰਦੇ ਨੇ ਜਦੋਂ ਕਿਸੇ ਦੇਸ਼ ਦਾ, ਜਦੋਂ ਕਿਸੇ ਮਤਲਬ ਕਿ ਖਿੱਤੇ ਦਾ ਜਿਹੜਾ ਘਾਣ ਕਰਨਾ ਹੋਵੇ, ਜੇ ਉਹਨੂੰ ਖਤਮ ਕਰਨਾ ਹੋਵੇ ਤਾਂ ਉਹਦੀ ਮਾਤ ਭਾਸ਼ਾ ਜਿਹੜੀ ਹੈ ਉਹ ਖੋਹ ਲਓ, ਉਹਦਾ ਸੱਭਿਆਚਾਰ ਖੋਹ ਲਓ, ਉਹਦੇ ਖੇਤਰ ਦਾ ਜਿਹੜਾ ਵਿਕਾਸ ਖੋਹ ਲਓ। ਆਹ ਚੀਜ਼ਾਂ ਖੋਣ ਨਾਲ ਉਹ ਜਿਹੜੀ ਕੌਮ ਹੈ ਉਹ ਆਪਣੇ ਆਪ ਹੀ ਤਬਾਹ ਹੋ ਜਾਏਗੀ। ਤਾਂ ਇਸੇ ਤਰ੍ਹਾਂ ਦਾ ਇੱਕ ਫੈਸਲਾ ਕੇਂਦਰ ਨੇ ਕੀਤਾ ਕਿ ਜਿਹੜਾ ਰੇਡੀਓ ਸਟੇਸ਼ਨ ਸਾਡਾ ਬਠਿੰਡਾ ਅਤੇ ਪਟਿਆਲਾ ਚੱਲਦੇ ਸੀ ਉਹਦੇ ਵਿੱਚ ਖੇਤਰੀ ਪ੍ਰੋਗਰਾਮ ਨੇ ਜਿਹੜੇ ਪਹਿਲਾਂ 11-12 ਘੰਟੇ ਜਿਹੜੇ ਖੇਤਰੀ ਪ੍ਰੋਗਰਾਮ ਪ੍ਰਸਾਰਣ ਕੀਤੇ ਜਾਂਦੇ ਸੀ, ਪਰ ਹੁਣ ਜਿਹੜੇ ਖੇਤਰੀ ਪ੍ਰੋਗਰਾਮ ਨੇ 3 ਅਪ੍ਰੈਲ ਤੋਂ ਉਹ ਘਟਾ ਕੇ 12 ਘੰਟੇ ਤੋਂ 4 ਘੰਟੇ ਕਰ ਦਿੱਤੇ ਗਏ ਨੇ। ਤਾਂ ਇਹ ਜਿਹੜਾ ਬਹੁਤ ਵੱਡਾ, ਇਹ ਦੇਖਣ 'ਚ ਬੜਾ ਛੋਟੀ ਗੱਲ ਲੱਗ ਰਹੀ ਹੈ ਕਿ ਇੱਕ ਰੇਡੀਓ ਦੇ ਪ੍ਰਸਾਰਣ ਪ੍ਰੋਗਰਾਮ 'ਤੇ ਮੈਂ ਗੱਲਬਾਤ ਕਰ ਰਿਹਾ, ਪਰ ਇਹ ਬਹੁਤ ਛੋਟੀ ਗੱਲ ਦੇਖਣ 'ਚ ਲੱਗ ਰਹੀ ਹੈ, ਪਰ ਇਹਦੇ ਜਿਹੜੇ ਨਤੀਜੇ ਨੇ ਬੜੇ ਭਿਆਨਕ ਹੋਣਗੇ। ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ, ਜਦੋਂ ਵੀ ਕਿਸੇ ਕੌਮ ਨੂੰ ਤਬਾਹ ਕਰਨਾ ਹੋਵੇ ਤਾਂ ਉਹਦੀ ਮਾਤ ਭਾਸ਼ਾ ਖੋਹ ਲਓ, ਉਹਦੀ ਸੱਭਿਆਚਾਰ ਖੋਹ ਲਓ ਅਤੇ ਉਹਦੇ ਖਿੱਤੇ ਦੀ ਜਿਹੜੀ ਹੈ ਵਿਕਾਸ ਖੋਹ ਲਓ, ਤਾਂ ਕੌਮ ਖੁਦ ਬ ਖੁਦ ਤਬਾਹ ਹੋ ਜਾਏਗੀ। ਤਾਂ ਇਸੇ ਬਿਰਤੀ ਦੇ ਨਾਲ ਸਾਡੇ ਉੱਤੇ ਹਮਲਾ ਜਿਹੜਾ ਕੇਂਦਰ ਹੈ ਉਹ ਇੱਕ ਤੋਂ ਬਾਅਦ ਇੱਕ ਹਮਲਾ ਕਰਦਾ ਜਾ ਰਿਹਾ। ਤਾਂ ਪੰਜਾਬ ਸਰਕਾਰ ਨੇ ਇਹ ਹਮਲੇ ਦੇ ਪ੍ਰਤੀ ਕੋਈ ਵੀ ਆਪਣਾ ਬਿਆਨ ਹਲੇ ਤੱਕ, ਕਾਰਵਾਈ ਕਰਨੀ ਤਾਂ ਦੂਰ ਦੀ ਗੱਲ ਹੈ, ਕੋਈ ਵੀ ਆਪਣਾ ਬਿਆਨ ਤੱਕ ਨਹੀਂ ਦਿੱਤਾ। ਇਹ ਬੜੀ ਮੰਦਭਾਗੀ ਗੱਲ ਹੈ। ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਚਾਹੀਦਾ ਕਿ ਇਹ ਜਿਹੜਾ ਕੇਂਦਰ ਹੈ ਜਿਹੜਾ ਪੰਜਾਬ ਦੇ ਨਾਲ ਜਿਸ ਤਰ੍ਹਾਂ ਦਾ ਧੱਕਾ ਕਰ ਰਿਹਾ, ਫੈਡਰਲ ਸਿਸਟਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਉਹਨੂੰ ਇੱਕ ਪੂਰੇ ਪੱਧਰ ਦੇ ਉੱਤੇ, ਇੱਕ ਵਿਸ਼ੇਸ਼ ਪੱਧਰ ਦੇ ਉੱਤੇ, ਇੱਕ ਜਿਹੜਾ ਪ੍ਰੋਟੋਕੋਲ ਹੈ ਉਹਦੇ ਅਨੁਸਾਰ ਉੱਥੇ ਉਠਾਇਆ ਜਾਵੇ ਇਹ ਮੁੱਦੇ ਨੂੰ, ਅਤੇ ਦੁਬਾਰਾ ਤੋਂ ਜਿਹੜੇ ਪ੍ਰਸਾਰਣ ਹੈ ਉਹ 12 ਘੰਟੇ ਤੋਂ ਵਧਾਇਆ ਜਾਵੇ, ਸਗੋਂ ਘਟਾਇਆ ਨਾ ਜਾਵੇ। ਕਿਉਂਕਿ ਖੇਤਰੀ ਭਾਸ਼ਾ ਦੇ ਵਿੱਚ ਜਦੋਂ ਕੋਈ ਗੱਲਬਾਤ, ਉਹਦੇ ਰੇਡੀਓ ਦੇ ਉੱਤੇ ਵੱਖ ਵੱਖ ਪ੍ਰੋਗਰਾਮ ਆਉਂਦੇ ਸੀ, ਵਿੱਦਿਆ ਨਾਲ ਸੰਬੰਧਿਤ ਪ੍ਰੋਗਰਾਮ ਆਉਂਦੇ ਸੀ, ਡਾਕਟਰੀ ਨਾਲ ਸੰਬੰਧਿਤ ਪ੍ਰੋਗਰਾਮ ਆਉਂਦੇ ਸੀ, ਖੇਤੀਬਾੜੀ ਨਾਲ ਸੰਬੰਧਿਤ ਪ੍ਰੋਗਰਾਮ ਆਉਂਦੇ ਸੀ, ਪਰ ਜਦੋਂ ਹੁਣ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ, ਘਟਾ ਦਿੱਤਾ ਗਿਆ, ਪੂਰੀ ਵੀਡੀਓ ਸੁਣਿਆ ਕਰੋ, ਪੂਰੀ ਵੀਡੀਓ ਸੁਣਨ ਨਾਲ ਹੀ ਤੁਹਾਨੂੰ ਨਤੀਜਾ ਨਿਚੋੜ ਪਤਾ ਲੱਗਦਾ। ਉਹ ਜਿਹੜੇ ਪ੍ਰੋਗਰਾਮ ਨੇ ਹੁਣ ਜਦੋਂ ਘੱਟ ਕਰ ਦਿੱਤੇ ਗਏ ਨੇ ਤਾਂ ਉਹਦੇ ਨਾਲ ਕੀ ਹੋਣਾ, ਲੋਕਾਂ ਦਾ ਜਿਹੜਾ ਸੁਣਨ ਵਾਲੇ ਨੇ, ਜਿਹੜੇ ਦਰਸ਼ਕ ਸੀਗੇ ਉਹ ਚੀਜ਼ਾਂ ਦੇ, ਉਹ ਦਰਸ਼ਕਾਂ ਦੇ ਉੱਤੇ ਬੜਾ ਬੁਰਾ ਅਸਰ ਪਏਗਾ। ਉਹ ਦਰਸ਼ਕ ਜਿਹੜੇ ਨੇ ਉਹ ਚੀਜ਼ਾਂ ਨੂੰ ਸੁਣਨਾ ਚਾਹੁੰਦੇ ਨੇ, ਪਰ ਉਹਨਾਂ ਵੱਲੋਂ ਇਹ ਕੱਟ ਲਾ ਲਿਆ ਗਿਆ। ਇਸੇ ਤਰ੍ਹਾਂ ਪੇਂਡੂ ਵਿਕਾਸ ਫੰਡ ਰੋਕ ਲਿਆ ਗਿਆ ਸਾਡਾ, ਹੋਰ ਬੜੇ ਤਰ੍ਹਾਂ ਦੇ ਚੰਡੀਗੜ੍ਹ ਵਾਲਾ ਧੱਕਾ ਸਾਡੇ ਨਾਲ ਕੀਤਾ ਜਾ ਰਿਹਾ। ਇਹ ਸਾਨੂੰ ਇੱਕਜੁੱਟ ਹੋ ਕੇ ਕੇਂਦਰ ਦੇ ਨਾਲ ਪੰਜਾਬ ਸਰਕਾਰ ਨੂੰ ਮੱਥਾ ਲਾਉਣਾ ਪੈਣਾ, ਤਾਂ ਜਾ ਕੇ ਗੱਲ ਬਣਨੀ ਹੈ। ਨਹੀਂ ਤਾਂ ਜੇ ਚੁੱਪ ਕਰਕੇ ਭਗਵੰਤ ਮਾਨ ਸਾਹਿਬ ਹੋਰ ਸੂਬਿਆਂ ਦੇ ਵਿੱਚ ਪਾਰਟੀ ਲਈ ਪ੍ਰਚਾਰ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸ਼੍ਰੀਲੰਕਾ ਵਾਲਾ ਹਾਲ ਸਾਡੇ ਪੰਜਾਬ ਸੂਬੇ ਦਾ ਹੋ ਜਾਏਗਾ। ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਾਵਾਂ ਕਿ ਪੰਜਾਬ ਸੂਬੇ ਦੇ ਉੱਤੇ 4 ਲੱਖ ਦੇ ਕਰੀਬ ਦਾ ਕਰਜ਼ਾ ਜਿਹੜਾ ਉਹ ਚੜ੍ਹ ਚੁੱਕਿਆ, ਅਤੇ ਸ਼੍ਰੀਲੰਕਾ ਦੇ ਸਿਰ 'ਤੇ 3 ਲੱਖ ਦਾ ਕਰਜ਼ ਸੀ। ਤਾਂ ਉਹਨਾਂ ਨੇ ਉਹ ਦੇਸ਼ ਦਾ ਤੁਸੀਂ ਹਾਲ ਦੇਖ ਹੀ ਰਹੇ ਹੋ ਕੀ ਹੋ ਚੁੱਕਿਆ। ਉੱਥੇ ਦੁੱਧ ਤੇਲ ਮਤਲਬ ਕਿ ਵੱਸ ਤੋਂ ਬਾਹਰ ਹੋ ਗਿਆ, 400-400 ਰੁਪਏ ਲੀਟਰ ਤੇਲ ਮਿਲਣ ਲੱਗ ਗਿਆ, 500-600 ਰੁਪਏ ਲੀਟਰ ਦੁੱਧ ਮਿਲਣ ਲੱਗ ਗਿਆ, 500 ਰੁਪਏ ਕਿਲੋ ਚੌਲ ਮਿਲ ਰਹੇ ਨੇ ਉੱਥੇ। ਤਾਂ ਦੋਸਤੋ ਇਹ ਚੀਜ਼ਾਂ ਨੇ ਜਿਹੜੀਆਂ, ਇਹ ਸਾਰੀਆਂ ਚੀਜ਼ਾਂ ਵਿਚਾਰਨ ਵਾਲੀਆਂ ਨੇ, ਬੜੀ ਭੋਖ ਮੰਗਦੀਆਂ ਨੇ। ਅੱਗੇ ਆਪਾਂ ਗੱਲ ਕਰ ਲਈਏ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੀ। ਦੋਨੋਂ ਕ੍ਰਿਕਟ ਦੇ ਤਾਂ ਮਹਾਰਥੀ ਸੀਗੇ, ਪਰ ਸਿਆਸਤ ਦੇ ਵਿੱਚ ਦੋਨੋਂ ਜਾਣੇ ਫੇਲ ਸਾਬਤ ਹੋਏ।
2018 ਦੇ ਵਿੱਚ ਜਦੋਂ ਆਪਣਾ ਇਮਰਾਨ ਖਾਨ ਦੀ ਹਕੂਮਤ ਆਉਂਦੀ ਹੈ ਤਾਂ ਉਹਨੇ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜਾ ਹੈ ਉਹ ਫੌਜੀ ਜਿਹੜਾ ਦਬਦਬਾ ਜ਼ਿਆਦਾ ਹੈ, ਫੌਜ ਨਾਲ ਮਿਲ ਕੇ ਕੰਮ ਕਰਨਾ ਅਤੇ ਫੌਜ ਦੇ ਉੱਤੇ ਹਾਵੀ ਰਹਿਣਾ, ਇਸ ਉੱਤੇ ਇਮਰਾਨ ਖਾਨ ਕੰਮ ਕਰ ਰਹੇ ਸੀ। ਪਰ ਉਹ ਇੱਥੋਂ ਬੇਵੱਸ ਹੋ ਗਏ ਅਤੇ ਹੁਣ ਅੱਜ ਉੱਥੇ ਬੇਭਰੋਸਗੀ ਮਤਾ ਹੈ ਜਿਹੜਾ ਉਹਦੇ ਉੱਤੇ ਵੋਟਿੰਗ ਹੋਣੀ ਹੈ ਅਤੇ ਪੂਰੀ ਪੂਰੀ ਉਮੀਦ ਹੈ ਅਤੇ ਪੂਰੇ ਪੂਰੇ ਸੰਕੇਤ ਨੇ ਕਿ ਅੱਜ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਿਹੜੇ ਉਹ ਆਪਣੀ ਕੁਰਸੀ ਤੋਂ ਹੱਥ ਧੋ ਬੈਠਣਗੇ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ, ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਉਹਦੇ ਉੱਤੇ ਕਾਂਗਰਸ ਹਾਈਕਮਾਂਡ ਨੇ ਬੜਾ ਵਿਸ਼ਵਾਸ ਜਤਾਇਆ, ਉਹਦੀ ਵੈਲਿਊ ਵੱਧ ਰੱਖੀ। ਕੈਪਟਨ ਅਮਰਿੰਦਰ ਸਿੰਘ ਨੂੰ ਇਗਨੋਰ ਕੀਤਾ, ਉਹਨੂੰ ਗੱਦੀ ਤੋਂ ਲਾਇਆ ਅਤੇ ਉੱਥੇ ਜਿਹੜੀ ਇਹ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਸੇਮ ਕਿਵੇਂ ਨੇ ਮੈਂ ਤੁਹਾਨੂੰ ਦੱਸ ਰਿਹਾ। ਫੇਲ ਅਤੇ ਸੇਮ, ਬਰਾਬਰ, ਮਤਲਬ ਫਰਕ ਕੀ ਹੈ ਇਹਨਾਂ ਦੋਨਾਂ ਦਾ? ਸਿਆਸਤ ਦੇ ਵਿੱਚ ਚਲੋ ਫਰਕ ਹੋ ਸਕਦਾ ਦੋਨਾਂ ਦੀ, ਪਰ ਇਹਨਾਂ ਦਾ ਜਿਹੜਾ ਸੁਭਾਅ ਹੈ ਉਹ ਟਰੰਪ ਵਰਗਾ ਹੈ। ਟਰੰਪ ਵਰਗਾ ਸੁਭਾਅ ਕਿਸ ਤਰ੍ਹਾਂ ਹੈ ਕਿ ਜਿਵੇਂ ਟਰੰਪ ਵੀ ਅਮੈਰੀਕਾ ਤੋਂ ਵੱਧ ਆਪਣੇ ਆਪ ਨੂੰ ਜਿਹੜਾ ਹੈ ਉਹ ਅੱਗੇ ਰੱਖਦਾ ਸੀ, ਆਪਣੇ ਆਪ ਨੂੰ ਵੱਧ ਵੈਲਿਊ ਦਿੰਦਾ ਸੀ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਆਪਣੀਆਂ ਪਾਰਟੀਆਂ, ਆਪਣੀਆਂ ਸੰਸਥਾ, ਆਪਣੇ ਸੰਗਠਨ ਤੋਂ ਵੱਧ ਆਪਣੇ ਆਪ ਨੂੰ ਵੈਲਿਊ ਦਿੰਦੇ ਸੀ। ਇਹ ਕਹਿੰਦੇ ਸੀ ਅਸੀਂ ਵਨ ਮੈਨ ਮਤਲਬ ਕਿ ਸਿਸਟਮ ਚਾਹੀਦਾ, ਇਹ ਆਪਣੇ ਆਪ ਤੋਂ ਵੱਧ ਕਿਸੇ ਨੂੰ ਵੀ ਦੇਖਣਾ ਨਹੀਂ ਸੀ ਬਰਦਾਸ਼ਤ ਕਰਦੇ। ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਵੀ ਹਾਲ ਉਹ ਹੋ ਗਿਆ ਜੋ ਇਮਰਾਨ ਖਾਨ ਦਾ। ਮਤਲਬ ਬੇਸ਼ੱਕ ਨਵਜੋਤ ਸਿੰਘ ਸਿੱਧੂ ਪ੍ਰਧਾਨ ਮੰਤਰੀ ਨਹੀਂ ਬਣੇ, ਪਰ ਉਹਨਾਂ ਦਾ ਸਿਆਸਤ ਦੇ ਵਿੱਚ ਹਾਲ ਟਰੰਪ ਵਾਲਾ ਹੀ ਹੋਇਆ। ਟਰੰਪ ਵੀ ਇਸੇ ਤਰ੍ਹਾਂ ਦਾ ਸੁਭਾਅ ਦਾ ਬੰਦਾ ਸੀ, ਉਹ ਵੀ ਆਪਣੇ ਦੇਸ਼ ਤੋਂ ਵੱਧ ਆਪਣੇ ਆਪ ਨੂੰ ਵੈਲਿਊ ਦੇਣੀ, ਆਪਣੇ ਸੰਗਠਨ ਤੋਂ ਵੱਧ ਆਪਣੇ ਆਪ ਨੂੰ ਵੈਲਿਊ ਦੇਣੀ। ਇਹ ਚੀਜ਼ਾਂ ਨੇ ਜਿਹੜੀਆਂ ਲੰਮੀ ਰੇਸ ਦੇ ਵਿੱਚ ਨਹੀਂ ਇਹ ਕਾਮਯਾਬ ਹੁੰਦਾ। ਹਮੇਸ਼ਾ ਬੰਦੇ ਨੂੰ ਜਿਹੜਾ ਲੀਡਰ ਹੁੰਦਾ ਹੈ ਉਹਨੂੰ ਕੁਛ ਲੋਕ ਅੱਗੇ ਲਾਉਣੇ ਪੈਂਦੇ ਨੇ, ਕੁਛ ਲੋਕ ਪਿੱਛੇ ਲਾਉਣੇ ਪੈਂਦੇ ਨੇ ਅਤੇ ਉਹਨੂੰ ਵਿਚਕਾਰ ਬਰਾਬਰ ਸਪੇਸ ਦੇ ਵਿੱਚ ਚੱਲਣਾ ਪੈਂਦਾ। ਪਰ ਟਰੰਪ, ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਤਿੰਨੋਂ ਹੀ ਆਪਣੇ ਆਪ ਨੂੰ ਜ਼ਿਆਦਾ ਵੈਲਿਊ ਦੇਣ ਕਰਕੇ ਇਹ ਹਰ ਫਰੰਟ ਦੇ ਉੱਤੇ ਫੇਲ ਹੋ ਗਏ। ਸਿਆਸਤ ਦੇ ਵਿੱਚੋਂ ਹੁਣ ਇਹਨਾਂ ਦਾ ਜਿਹੜਾ ਨਾਮ ਹੈ ਉਹ ਹੌਲੇ 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 ਖੁੰਜੇ ਦੇ ਵਿੱਚ ਆ ਗਿਆ। ਇਹ ਸੀਗੀ ਅੱਜ ਦੀਆਂ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਨਾ, ਨਵਜੋਤ ਸਿੰਘ ਸਿੱਧੂ, ਟਰੰਪ ਅਤੇ ਇਮਰਾਨ ਖਾਨ ਦੇ ਵਿੱਚ ਜਿਹੜੀਆਂ ਆਪਾਂ ਕਰ ਰਹੇ ਹਾਂ ਇਹ ਬੜੀਆਂ ਮਤਲਬ ਕਿ ਭਿਆਨਕ ਜਿਹੀਆਂ ਗੱਲਾਂ ਨੇ। ਬੇਸ਼ੱਕ ਇਹਨਾਂ ਨੇ ਕ੍ਰਿਕਟ ਦੇ ਵਿੱਚ ਇਹਨਾਂ ਨੂੰ ਤਾਲੀਆਂ ਵੱਜਦੀਆਂ ਸੀ, ਇਹਨਾਂ ਨੇ ਸਿਆਸਤ ਦੇ ਵਿੱਚ ਵੀ ਉਸ ਤਰ੍ਹਾਂ ਦੀਆਂ ਤਾਲੀਆਂ ਦਾ ਜਿਹੜਾ ਉਹ ਕੋਸ਼ਿਸ਼ ਕੀਤੀ, ਐਕਸਪੈਕਟ ਕੀਤਾ ਕਿ ਇਸ ਤਰ੍ਹਾਂ ਹੀ ਤਾਲੀਆਂ ਵੱਜਣਗੀਆਂ। ਪਰ ਸਿਆਸਤ ਹੈ ਜਿਹੜੀ ਉਹ ਕ੍ਰਿਕਟ ਨਾਲੋਂ ਵੱਖਰੀ ਹੈ। ਕ੍ਰਿਕਟ ਗਲੈਮਰ ਹੈ, ਸਿਆਸਤ ਹੈ ਜਿਹੜੀ ਉੱਥੇ ਨੀਵਾਂਪਣ ਹੋਣਾ ਪੈਂਦਾ, ਨਿਮ ਕੇ ਚੱਲਣਾ ਪੈਂਦਾ, ਵੋਟਾਂ ਲੈਣੀਆਂ ਪੈਂਦੀਆਂ ਲੋਕਾਂ ਦੀਆਂ, ਲੋਕਾਂ ਦੁਆਰਾ ਚੁਣੀ ਜਾਂਦੀ ਸਰਕਾਰ ਹੈ ਤਾਂ ਉੱਥੇ ਲੋਕ ਰਾਜ ਹੁੰਦਾ, ਕਹਿਣ ਨੂੰ ਲਾ ਲਓ ਚਲੋ ਬੇਸ਼ੱਕ, ਪਰ ਹੁੰਦਾ ਲੋਕ ਰਾਜ ਹੈ। ਉੱਥੇ ਗਲੈਮਰ ਦੀ ਦੁਨੀਆ ਵਾਂਗੂ ਤਾਲੀਆਂ ਤਾਮ ਝਾਮ ਨਹੀਂ ਤੁਹਾਨੂੰ ਦੇਖਿਆ ਜਾਂਦਾ ਬਾਹਲਾ। ਸੋ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਕੀਤੀਆਂ, ਦੋ ਤਿੰਨ ਦਿਨਾਂ ਦਾ ਵਿੱਚੋਂ ਗੈਪ ਪੈ ਗਿਆ, ਅੱਜ ਗੱਲਾਂ ਬਾਤਾਂ ਤੁਹਾਡੇ ਨਾਲ ਕਰਕੇ ਬੜਾ ਮਨ ਨੂੰ ਸਕੂਨ ਮਿਲਿਆ ਕਿ ਅੱਜ ਫਿਰ ਆਪਾਂ ਰੂਬਰੂ ਹੋਏ ਹਾਂ। ਇਸ ਤਰ੍ਹਾਂ ਹੀ ਆਪਾਂ ਰੂਬਰੂ ਹੁੰਦੇ ਰਹੀਏ, ਇੱਕ ਦੂਜੇ ਨਾਲ ਗੱਲਾਂ ਬਾਤਾਂ ਸਾਂਝੇ ਕਰਦੇ ਰਹੀਏ, ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਰਹੀਏ। ਇਹੀ ਮੈਂ ਆਸ ਕਰਦਾ, ਇਹੀ ਮੈਂ ਦੁਆ ਕਰਦਾ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਦੋਸਤੋ। ਜਿਨ੍ਹਾਂ ਜਿਨ੍ਹਾਂ ਨੇ ਬੈਲ ਦਾ ਬਟਨ ਨਹੀਂ ਦਬਾਇਆ ਉਹ ਬੈਲ ਦਾ ਬਟਨ ਵੀ ਦਬਾ ਦਿਓ। ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਗੱਲਬਾਤ, ਸਾਰੀਆਂ ਗੱਲਾਂ ਬਾਤਾਂ ਸੁਣਨ ਲਈ ਅਤੇ ਮੈਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਤਹਿ ਦਿਲ ਤੋਂ ਮੈਂ ਧੰਨਵਾਦ ਕਰਦਾ। ਸ਼ੁਕਰੀਆ, ਰੱਬ ਰੱਖ।